ਬਈ ਆਪਦੇ ਉੱਤੇ ਨਾ ਰੱਖ, ਸਾਈਡ 'ਤੇ ਸਾਈਡ 'ਤੇ ਰੱਖ। ਇੱਕ ਮਿੰਟ ਰੁਕ ਜਾਓ ਜੀ, ਆ ਜਾਓ ਸੰਗਤ ਵਿੱਚ ਆ ਜਾਓ ਸਾਰੀ। ਚਲੋ ਜੀ, ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਬਾਈ ਬੂਟ ਲਾ ਦੀ ਇੱਥੇ ਸਾਈਡ 'ਤੇ ਬਾਈ, ਬਣੇ ਪੁੱਤਰ ਮਗਰ ਇੱਥੋਂ ਰੱਖ ਕੇ ਲੈ ਜਾਵਾਂਗੇ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਹਾਂ ਉੱਧਰ ਮਗਰੀ ਸਾਈਡ ਲਾ ਦੇ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਲਾ ਦਿਓ ਬਾਬਾ ਲਾ ਦਿਓ, ਲਵਾ ਦਿਓ ਜੀ ਪਾਸੇ ਲਵਾ ਦਿਓ। ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਸਤ ਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, 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 ਸਤ ਨਾਮ ਸ਼੍ਰੀ ਵਾਹਿ ਬਾਬਾ ਜੀ। ਤੁਸੀਂ ਮਗਰ ਆਓ, ਤੁਸੀਂ ਮੂਹਰੇ ਹੋ ਜਾਓ ਜੀ, ਗੱਡੀ ਦੇ ਮੂਹਰੇ ਹੋ ਜਾਓ, ਨਾਲ ਨਾਲ ਜਾਪ ਚੱਲੀ ਜਾਊ। ਸਤ ਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਾਰੇ ਬੋਲਿਆ ਕਰੋ ਸੰਗਤ ਸਾਰੇ, ਸਤ ਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤ ਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ,
ਸ਼੍ਰੀ ਵਾਹੇ ਗੁਰੂ ਸਾਹਿਬ ਜੀ।
ਸਤਨਾਮ ਸ਼੍ਰੀ ਵਾਹੇ ਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹੇ ਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹੇ ਗੁਰੂ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਸਾਰੀ ਫੇਸਬੁੱਕ ਸੰਗਤ ਦਾ ਜੋ ਇਸ ਵੇਲੇ ਲੈ ਵੇਖ ਰਹੇ ਹੋ। ਸੋ ਮਹਾਰਾਜ ਦੀ ਕਿਰਪਾ ਨਾਲ ਭਾਈ ਸਾਹਿਬ ਭਾਈ ਗੁਰਜੰਟ ਸਿੰਘ ਉਹਨਾਂ ਦੇ ਲੜਕੇ ਨੂੰ ਜੀ ਮਹਾਰਾਜ ਨੇ ਫੌਜ ਦੀ ਡਿਊਟੀ ਬਖਸ਼ੀ ਸੀਗੀ ਜੀ। ਲੋੜਵੰਦ ਪਰਿਵਾਰ ਸੀ, ਮਹਾਰਾਜ ਨੇ ਕਿਰਪਾ ਕੀਤੀ। ਸੋ ਪਹਿਲਾਂ ਇੱਕ ਬਾਈ ਗੁਰਜੰਟ ਸਿੰਘ ਜੀ ਦਾ ਬੇਟਾ ਜੋ ਨੌਜਵਾਨ ਸੀ ਉਹਨਾਂ ਦੀ ਮੌਤ ਹੋ ਗਈ ਸੀ। ਸੋ ਦੂਸਰੇ ਬੇਟੇ ਦੀ ਮਾਰ ਪਰਮਾਤਮਾ ਨੇ ਸੁਣੀ ਜੀ। ਗਰੀਬ ਪਰਿਵਾਰ ਸੀਗਾ, ਸੋ ਪਰਮਾਤਮਾ ਦੀ ਕਿਰਪਾ ਨਾਲ ਉਹਨੂੰ ਡਿਊਟੀ ਫੌਜ ਦੀ ਮਿਲੀ। ਸੋ ਪਰਿਵਾਰ ਨੇ ਮਹਾਰਾਜ ਨੂੰ ਪੂਰੀ ਸ਼ਰਧਾ ਭਾਵਨਾ ਨਾਲ ਢੋਲ ਲੈ ਕੇ ਖੁਸ਼ੀ ਨਾਲ ਜੀ ਉਹ ਜੋ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਾ ਰਹੇ ਆ। ਸੋ ਆਪਣਾ ਸਭ ਦਾ ਫਰਜ਼ ਆ। ਕੋਈ ਕੋਈ ਹੁੰਦਾ ਵੀਰੋ ਜੋ ਮਹਾਰਾਜ ਦਾ ਸਤਿਕਾਰ ਕਰਦਾ, ਨਹੀਂ ਤਾਂ ਭੁੱਲ ਜਾਂਦੇ ਜਦੋਂ ਡਿਊਟੀਆਂ ਮਿਲ ਜਾਂਦੀਆਂ ਸਾਰੀ। ਸੋ ਪਰਮਾਤਮਾ ਦੀ ਕਿਰਪਾ ਨਾਲ ਬੜਾ ਵਧੀਆ ਲੱਗਿਆ ਆਪ ਨੂੰ ਵੀ ਮਹਾਰਾਜ ਬੜਾ ਸਤਿਕਾਰ ਨਾਲ ਪਰਿਵਾਰ ਨੇ ਲਿਆਂਦਾ। ਸਾਰਾ ਪਰਿਵਾਰ ਨਾਲ ਗਿਆ, ਜੋ ਵੀ ਕੋਈ ਰਿਸ਼ਤੇਦਾਰ ਸੱਦੇ ਵੀ ਸੀ ਉਹ ਵੀ ਸਭ ਨਾਲ ਗਏ ਮਹਾਰਾਜ ਦੀ ਕਿਰਪਾ ਨਾਲ। ਸੋ ਸਭ ਦਾ ਧੰਨਵਾਦ ਸ਼ੇਅਰ ਜ਼ਰੂਰ ਕਰ ਦਿਓ ਜੀ। ਪਰਿਵਾਰ ਦੀ ਸ਼ਰਧਾ ਸੀ ਵੀ ਮਹਾਰਾਜ ਨੇ ਪੂਰੇ ਢੋਲ ਨਾਲ ਲੈ ਕੇ ਗਏ। ਪਰਿਵਾਰ ਜੀ ਸਾਨੂੰ ਵੀ ਕਿਹਾ ਵੀ ਤੁਸੀਂ ਭਾਈ ਸਾਰੇ ਨਾਲ ਆਇਓ। ਸੋ ਬੇਨਤੀ ਆ ਵੀ ਆਪਣਾ ਸਭ ਦਾ ਹੀ ਫਰਜ਼ ਬਣਦਾ ਜੀ ਜਦੋਂ ਮਹਾਰਾਜ ਦਾਤਾਂ ਬਖਸ਼ਦਾ। ਸੋ ਪਰਿਵਾਰ ਨੂੰ ਉਹਨਾਂ ਦੇ ਲੜਕੇ ਨੂੰ ਜੋ ਨੌਕਰੀ ਫੌਜ ਦੀ ਮਿਲੀ ਸੀ, ਸੋ ਅੱਜ ਉਹ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਇਆ ਜੀ। ਸੋ ਧੰਨਵਾਦ ਸਾਰੀ ਸੰਗਤ ਦਾ ਜੋ ਲੈ ਵੇਖ ਰਹੇ ਹੋ। ਬਸ ਇਹੀ ਧੰਨਵਾਦ ਬਹੁਤ ਬਹੁਤ ਹੋ ਜੂਗਾ ਜੀ। ਇੱਕ ਵਾਰੀ ਵੀਡੀਓ ਸ਼ੇਅਰ ਜ਼ਰੂਰ ਕਰਦਿਆ ਕਰੋ, ਤਾਂ ਜੋ ਉਹ ਫੌਜੀ ਸਿੰਘ ਸੀ ਉਹਦੀ ਵੀ ਬੜੀ ਤਮੰਨਾ ਸੀ ਵੀ ਮਹਾਰਾਜ ਨੂੰ ਆਪਾਂ ਪੂਰੀ ਸ਼ਰਧਾ ਭਾਵਨਾ ਨਾਲ ਲੈ ਕੇ ਆਉਣਾ ਜੀ। ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ। ਸਾਡੇ ਦੋਨਾਂ ਸਤਿਕਾਰ ਕਮੇਟੀ ਵਾਲੀਆਂ ਆਈਡੀਆਂ ਦੇ ਜਿਹੜੇ ਉਹ ਫਰੈਂਡ ਆ ਉਹ ਪੂਰੇ ਹੋ ਚੁੱਕਿਆ 5-5 ਹਜ਼ਾਰ ਜੀ। ਸੋ ਫੋਲੋ ਕਰ ਸਕਦੇ ਹਾਂ ਜੀ। ਕਈ ਮੈਸੇਜ ਆਉਂਦੇ ਹੁੰਦੇ ਆ ਵੀ ਬਾਈ ਜੀ ਅਸੀਂ ਐਡ ਨਹੀਂ ਹੋ ਸਕਦੇ ਵੀਰੋ, ਹੁਣ ਐਡ ਤਾਂ ਨਹੀਂ ਹੁੰਦੇ ਕਿਉਂਕਿ ਫਰੈਂਡ 5-5 ਹਜ਼ਾਰ ਦੋਨੇ ਕਮੇਟੀਆਂ ਸਤਿਕਾਰ ਕਮੇਟੀ ਆਈਡੀ ਦੀਆਂ ਪੂਰੇ ਆ। ਸੋ ਫੋਲੋ ਕਰ ਸਕਦੇ ਹਾਂ, ਉੱਥੇ ਫੋਲੋ ਕਰੇ ਵੀ ਤੁਹਾਨੂੰ ਮਿਲਣਗੇ। ਸੋ ਧੰਨਵਾਦ ਆ ਜੀ ਸਾਰੀ ਸੰਗਤ ਦਾ, ਸਾਰੀ ਸੇਵਾਦਾਰਾਂ ਦਾ ਜੋ ਬੜੀ ਸ਼ਰਧਾ ਭਾਵਨਾ ਨਾਲ ਸੇਵਾ ਕਰਦੇ ਆ ਅਤੇ ਸਾਨੂੰ ਬੜਾ ਪਿਆਰ ਬਖਸ਼ਦੇ ਹੋ। ਸੋ ਸਾਰੀ ਸਤਿਕਾਰ ਕਮੇਟੀ ਮੈਨੂੰ ਇੱਕ ਵਾਰੀ ਫਿਰ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।